लोकसभा चुनाव बहुत अच्छा हुआ कांग्रेस पार्टी के लिए, मगर जो इरादे वादे कर आप आए, जनता ने उसे सिरे चढ़ाया और आपको जीत से नवाजा, क्या कहेंगे? उन वादों इरादों को पूरा करने का अब समय मिला है। बिल्कुल, देखो मैं शुक्रिया करता सारे वोटर्स दा और सपोर्टर्स दा जिन्होंने इन्ना वड्डा मेरे च विश्वास किया। न्यूज 18 का भी इन्होंने कवरेज भी अच्छी दी है, मैं तुहाडा भी सारयां दा शुक्रिया अदा करदा। और बिल्कुल वो जिहड़े काम आपां कहे ने उन्हां दे कम्मां दे उत्ते पूरा फोकस करांगे और उन्हां कम्मां नूं असीं कंप्लीट, जिहड़े शुरू ने जिवें एक्सप्रैस वे है, रिंग रोड है बन जा रहे ने, स्टेशन है नवा बनना है, उहदा प्रोसैस चल रहा है, एयरपोर्ट के कई काम ने, उन्हें विस्तार की गल भी असीं करवाउणा, चल रहा है सारा कुछ। भारत तो जिहड़ा वाघे का व्यापार खुलना है उहदे ते आपां चर्चा जरूर करदे रहांगे और उत्ते सरकार नूं मजबूर करांगे कि सरकार उन्हें शुरुआत खोले जल्दी। उस तो अलावा जिहड़ा साडा सब तो फोकस है, ड्रग्स का बहुत वड्डा इशू है अमृतसर दे विच, ਉਹਦੇ ਵਿਰੁੱਧ ਸਟੇਟ ਸਬਜੈਕਟ ਹੈ ਪਰ ਲੜਾਈ ਲੜੂੰਗਾ ਮੈਂ, ਕਿਉਂਕਿ ਉਹਦੇ ਲਈ ਸਾਨੂੰ ਲੜਾਈ ਲੜਨੀ ਪੈਣੀ, ਕਿਉਂਕਿ ਚਿੱਠੀ ਪੱਤਰ ਦੇ ਨਾਲ ਇਹ ਕੰਮ ਨਹੀਂ ਕਰਦੇ, ਬਹੁਤ ਮੀਟਿੰਗਸ ਹੋ ਗਈਆਂ ਨੇ ਪਰ ਇਹ ਕੁਛ ਉਹਦਾ ਫਰਕ ਨਹੀਂ ਪੈਂਦਾ, ਦੜਾ ਸੱਟਾ ਹੋ ਗਿਆ, ਉਹਦੀ ਲੜਾਈ ਲੜੀ ਜਾਊਗੀ ਅੰਮ੍ਰਿਤਸਰ ਦੇ ਵਿੱਚ। ਇਹ ਦੋ ਅਲਾਮਤਾਂ ਨੇ ਮਾੜੀਆਂ ਜਿਹੜੀਆਂ, ਜਿਨ੍ਹਾਂ ਦੇ ਵਿਰੁੱਧ ਅਸੀਂ ਜੰਗ ਲੜਾਂਗੇ ਇੱਕ ਹਿਸਾਬ ਦੀ। ਸੋ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਅੱਗੇ ਰੱਖਦੇ ਹੋਏ, ਇਹ ਸਾਰਾ ਪੋਲਿਊਸ਼ਨ ਦੇ ਬੜੇ ਵੱਡੇ ਮੁਸ਼ਕਲਾਂ ਨੇ, ਡੰਪ ਹੈ, ਟੁੰਗ ਟਾਪ ਡਰੇਨ ਹੈ, ਫਿਰ ਭਗਤਾਲੇ ਇੱਕ ਨਾਲਾ ਚੱਲਦਾ ਹੈ, ਉਹਦੀ ਮੁਸ਼ਕਲਾਂ ਹੈ। ਇਹਨਾਂ ਨੂੰ ਹੈ ਸਟੇਟ ਸਬਜੈਕਟ ਨੇ, ਪਰ ਸਰਕਾਰ ਨੂੰ ਮਜਬੂਰ ਕਰੂੰਗਾ, ਸਰਕਾਰ ਸਬਜੈਕਟ ਇਹਦਾ ਪ੍ਰੋਜੈਕਟ ਬਣਾਵੇ। ਤੁੰਗ ਢਾਬ ਦਾ ਪ੍ਰੋਜੈਕਟ ਤੇ ਬਣ ਚੁੱਕਾ ਹੈ, ਪਰ ਉਹ ਸਰਕਾਰ ਹੁਣ ਕੀ ਉਹਦੇ ਇਨੀਸ਼ੀਏਟਿਵ ਲੈਂਦੀ ਹੈ? ਜੇ ਪੈਸੇ ਦੀ ਲੋੜ ਹੈ ਫਿਰ ਪੈਸੇ ਅਸੀਂ ਸੈਂਟਰ ਗਵਰਨਮੈਂਟ ਨਾਲ ਗੱਲ ਕਰਕੇ ਉੱਥੋਂ ਅਰੇਂਜ ਕਰਾ ਕੇ ਦੇਵਾਂਗੇ। ਇੱਕ ਸਵਾਲ ਇਹ ਕਿ ਇਸ ਵਾਰ ਪੰਜਾਬ ਕੀ ਰਾਜਨੀਤੀ ਕੋ ਕਿਆ ਹੁਆ? ਜਿਸ ਤਰੀਕੇ ਸੇ ਜੋ ਲੋਕ ਦਾਅਵੇ ਕਰ ਰਹੇ ਥੇ ਬੜੇ ਬੜੇ, ਵੋ ਦਾਅਵੇ ਪੂਰੇ ਹੋਤੇ ਹੋਏ ਨਜ਼ਰ ਨਹੀਂ ਆਏ। ਆਮ ਆਦਮੀ ਪਾਰਟੀ ਕੀ ਬਾਤ ਕਰੇ ਤੋ 13-0 ਕਾ ਨਾਰਾ ਦਿਆ, 3 ਸੀਟ ਪਰ ਵੋ ਸਿਮਟ ਗਏ। ਅਕਾਲੀ ਦਲ ਟੌਪ ਲੀਡਿੰਗ ਪਾਰਟੀ ਹੈ ਪੰਜਾਬ ਕੀ, 1 ਸੀਟ ਪਰ ਵੋ ਅਟਕ ਗਈ। ਕਿਸ ਤਰੀਕੇ ਸੇ ਦੇਖਤੇ ਹੈ? ਬੜੀ ਪਾਰਟੀ ਹੈ, ਰੀਜਨਲ ਪਾਰਟੀ ਹੈ, ਮਗਰ ਪੰਜਾਬ ਨੇ ਇਹਨੇ ਨਕਾਰਾ। ਦੇਖੋ ਜਦੋਂ ਵੀ ਅਸੀਂ ਗਲਤ ਗੱਲਾਂ ਲੋਕਾਂ 'ਚ ਲੈ ਕੇ ਜਾਵਾਂਗੇ ਉਹਦਾ ਅਸਰ ਕਈ ਵਾਰ ਬਹੁਤ, ਇੱਕ ਵਾਰ ਤਾਂ ਲੋਕ ਚੁਣ ਲੈਂਦੇ ਤੁਹਾਨੂੰ ਪਰ ਬਾਅਦ 'ਚ ਉਹਦਾ ਅਸਰ ਬਹੁਤ ਮਾੜਾ ਪੈਂਦਾ ਕਿ ਤੁਸੀਂ ਉਹ ਗੱਲਾਂ ਪੂਰੀਆਂ ਨਹੀਂ ਕਰ ਪਾਉਂਦੇ। ਜਿਹੜੀ ਆਮ ਆਦਮੀ ਪਾਰਟੀ ਹੈ ਇਹ ਤਾਂ ਝੂਠ ਬਹੁਤ ਇਹਨਾਂ ਨੇ ਮਾਰਿਆ, ਆਹ ਝੂਠ ਸਾਰਾ ਸਾਹਮਣੇ ਆ ਗਿਆ, ਪੰਜਾਬ ਦੇ ਵਿੱਚ ਹੋਇਆ ਕੁਛ ਨਹੀਂ ਗਾ। ਔਰ ਉਹਨੂੰ ਇਹ ਪ੍ਰਚਾਰ ਰਿਹਾ ਕਿ ਅਸੀਂ ਬਹੁਤ ਕੁਛ ਕਰਤਾ, ਬੜਾ ਕੁਛ ਚੇਂਜ ਕਰਤਾ, ਪਰ ਧਰਾਤਲ 'ਤੇ ਚੇਂਜ ਨਹੀਂ ਹੋਇਆ। ਅੱਜ ਉਹਦਾ ਜਵਾਬ ਲੋ ਇਹਨਾਂ ਨੂੰ ਮਿਲ ਗਿਆ ਹੈ, ਕਿਉਂਕਿ ਤੁਸੀਂ ਇਸ਼ਤਿਹਾਰ ਦੇ ਕੇ ਅਖਬਾਰਾਂ 'ਚ ਐਡ ਕਰਕੇ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ ਨਾ। ਗਰਾਊਂਡ ਰਿਐਲਿਟੀ ਦਾ ਬੜਾ ਫਰਕ ਹੈ, ਉਹ ਚੀਜ਼ਾਂ ਹੁਣ ਇਲੈਕਸ਼ਨਾਂ ਨਹੀਂ ਹੋਈਆਂ, ਦੇਖੋ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨਹੀਂ ਹੋਈਆਂ ਸਾਰੇ ਪੰਜਾਬ 'ਚ, ਅੰਮ੍ਰਿਤਸਰ ਵਰਗੇ ਸ਼ਹਿਰ ਵੱਡੇ ਜਿਹੜੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਪਟਿਆਲਾ, ਇਲੈਕਸ਼ਨਾਂ ਨਹੀਂ ਹੋਈਆਂ ਪਠਾਨਕੋਟ, ਗੰਦ ਪਿਆ ਹੈ ਸੜਕਾਂ ਦੇ ਉੱਤੇ, ਸੀਵਰੇਜ ਬੰਦ ਹੈ, ਲਾਈਟ ਪਾਣੀ ਹੈ ਨਹੀਂ ਗਾ, ਉਹ ਸਾਰਾ ਇਹਨਾਂ ਨੂੰ ਖਮਿਆਜਾ ਉਹਦਾ ਭੁਗਤਣਾ ਪਿਆ। ਕਾਰਪੋਰੇਸ਼ਨ ਕੌਂਸਲਰ ਦੀ ਇਲੈਕਸ਼ਨ ਨਹੀਂ, ਸਰਪੰਚ ਦੀ ਨਹੀਂ, ਜ਼ਿਲ੍ਹਾ ਪ੍ਰੀਸ਼ਦ ਦੀ ਨਹੀਂ, ਬਲਾਕ ਸੰਮਤੀ ਦੀਆਂ ਨਹੀਂ। ਜਦੋਂ ਸਰਕਾਰ ਇਲੈਕਸ਼ਨਾਂ ਤੋਂ ਭੱਜਦੀ ਮਤਲਬ ਕੀ ਹੁੰਦਾ? ਸਰਕਾਰ ਨੂੰ ਪਤਾ ਕਿ ਮੈਂ ਹਰਨਾ ਹੈ, ਮੈਂ ਗਲਤ ਕੀਤਾ ਹੈ। ਸੋ ਉਹਨਾਂ ਨੂੰ ਪਤਾ ਸੀ ਉਹ ਤਾਂ ਆਪਣੀ ਮਤਲਬ ਇੱਕ ਛਵੀ ਜੀ ਬਣਾਉਣ ਲਈ ਕਿ 13-0 ਤੁਹਾਡੇ ਅੱਖਾਂ ਥੋੜ੍ਹਾ 13-0 ਹੋਣਾ ਹੈ। ਹੁਣ ਲੋਕਾਂ ਨੂੰ ਸਮਝ ਲੱਗ ਗਈ ਨਾ ਇਹਨਾਂ ਨੂੰ? ਮੈਂ ਉਦੋਂ ਵੀ ਕਿਹਾ ਸੀ ਤੁਸੀਂ ਚੈਨਲ ਤੇ ਵੇਖ ਲਓ, ਮੈਂ ਕਿਹਾ 1-2 ਜਾਂ ਹੱਦ 3 ਆਉਣੀ ਹੈ, ਇਸ ਤੋਂ ਵੱਧ ਨਹੀਂ ਆਉਣੀ। ਉਹੀ ਹੋਈ ਲੋਕਤੰਤਰ ਕੀ ਜੀਤ ਹੈ, ਮਗਰ ਲੋਕਤੰਤਰ ਕੀ ਜੀਤ ਮੈਂ ਹਮਨੇ ਇਹ ਵੀ ਦੇਖਾ ਕਿ ਜਿਸ ਤਰੀਕੇ ਸੇ ਅੰਮ੍ਰਿਤਪਾਲ ਜੀ ਜੀਤ ਗਏ, ਇੰਡੀਪੈਂਡੈਂਟ ਲੜੇ, ਸਰਬਜੀਤ ਖਾਲਸਾ ਜੀਤ ਗਏ, ਇੰਡੀਪੈਂਡੈਂਟ ਲੜੇ, ਉਨਕੇ ਬਾਰੇ ਮੈਂ ਕਿਆ ਕਹੇਂਗੇ? ਉਨਕੀ ਜੋ ਇਮੇਜ ਹੈ ਪੰਜਾਬ ਮੈਂ, ਜਿਸ ਤਰੀਕੇ ਸੇ ਅੰਮ੍ਰਿਤਪਾਲ ਪੈ ਐਨਐਸਏ ਵੀ ਲਗਾ ਹੁਆ ਹੈ, ਮਗਰ ਬੜੀ ਮਾਰਜਨ ਸੇ ਵੋ ਜੀਤੇ ਹੈ ਔਰ ਜਨਤਾ ਜਨਾਰਦਨ ਨੇ ਉਹਨੇ ਜਿਤਾਇਆ ਹੈ, ਵੋ ਵੀ ਲੋਕਤੰਤਰ ਕੀ ਜੀਤ ਹੈ, ਕਿਆ ਕਹੇਂਗੇ ਉਨਕੇ ਬਾਰੇ ਮੈਂ? ਬਿਲਕੁਲ, ਦੇਖੋ ਉਹ ਇਲੈਕਸ਼ਨ ਉਹਨਾਂ ਨੇ ਲੜਕੇ ਜਿੱਤੀ ਹੈ ਔਰ ਲੋਕਾਂ ਦਾ ਵੋਟ ਪਾ ਕੇ ਉਹਨਾਂ ਨੂੰ ਜਿਤਾਇਆ ਔਰ ਇਹ ਉਹਨਾਂ ਦਾ ਸੰਵਿਧਾਨ ਨੇ ਉਹਨਾਂ ਨੂੰ ਹੱਕ ਦਿੱਤਾ ਹੈ। ਸੋ ਇਹ ਉਹ ਤੇ ਉਹਨਾਂ ਦੇ ਮਤਲਬ ਕਿੰਤੂ ਪਰੰਤੂ ਦਾ ਕੋਈ ਸਵਾਲ ਨਹੀਂ ਉਹਨਾਂ ਦੀ ਜਿੱਤ ਦੇ ਉੱਤੇ,
ਪਰ ਇਹ ਵਰਗੀਕਰਨ ਦੀ ਰਾਜਨੀਤੀ ਧਰਮ ਦੀ ਰਾਜਨੀਤੀ ਬੀਜੇਪੀ ਨੇ ਸ਼ੁਰੂ ਕੀਤੀ ਪੰਜਾਬ ਚ ਆ ਕੇ, ਮਤਲਬ ਹਿੰਦੂ ਖਤਰੇ ਚ ਹੈ, ਰਾਮ ਜੀ ਦੇ ਨਾਂ ਤੇ ਵੋਟ ਪਾਓ, ਇਹ ਸਾਰਾ ਕੁਝ ਇਹਨਾਂ ਨੇ ਪ੍ਰਚਾਰ ਕੀਤਾ। ਜਦੋਂ ਇੱਕ ਬੰਦਾ ਰੌਲਾ ਪਾਊਗਾ ਫਿਰ ਦੂਜੇ ਵੀ ਇਕੱਠੇ ਹੋ ਜਾਂਦੇ, ਫਿਰ ਉਹ ਦੂਜੇ ਬੰਦੇ ਇਕੱਠੇ ਹੋ ਗਏ। ਇਸ ਜੋ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਪੈਦਾ ਹੋਏ ਆ, ਚਾਹੇ ਅੰਮ੍ਰਿਤਪਾਲ ਜੀ ਜਿੱਤੇ ਨੇ ਚਾਹੇ ਖਾਲਸਾ ਜੀ ਜਿੱਤੇ ਨੇ, ਇਹ ਬੀਜੇਪੀ ਦੀ ਮਿਹਰਬਾਨੀ ਹੈ ਸਾਰੀ। ਕਿਉਂਕਿ ਇਹਨਾਂ ਨੇ ਜਦੋਂ ਕਿਹਾ ਵੀ ਅਸੀਂ ਅਸੀਂ ਬੜੇ ਡਰ ਗਏ ਜੀ ਸਾਡਾ ਆਹ ਲਾ ਉੱਤੇ ਲਾ ਲਾ ਤੋ ਗਏ, ਇਹ ਸਿਰਫ ਆਪਣੇ ਵੋਟਾਂ ਦੀ ਖਾਤਰ, ਕੁਝ ਇਹੋ ਜਿਹੀ ਗੱਲ ਨਹੀਂ ਹੈਗੀ। ਪੰਜਾਬ 'ਚ ਹਿੰਦੂ ਸਿੱਖ ਦਾ ਸਾਰੇ ਵਰਗਾਂ ਦਾ ਬਹੁਤ ਪਿਆਰ ਹੈ ਆਪਸ 'ਚ, ਪਰ ਇਹਨਾਂ ਨੇ ਪੂਰੀ ਆਪਣੀ ਰੋਲ ਨਿਭਾਈ ਕਿ ਕਿਸੇ ਤਰੀਕੇ ਦੇ ਨਾਲ ਇਹ ਵੱਖਰੇ ਵੱਖਰੇ ਰਸਤੇ ਅਪਣਾਉਣ। ਉਹਦੇ 'ਚ ਇਹ ਤਾਂ ਨਹੀਂ ਜਿੱਤ ਪਾਏ, ਪਰ ਉਹ ਦੋ ਬੰਦੇ ਜਿਹੜੇ ਉਹਨਾਂ ਨੂੰ ਲੋਕਾਂ ਨੇ ਜਿਤਾ ਦਿੱਤਾ ਫਿਰ। ਸੋ ਇਹਦੀ ਜਿਹੜੀ ਜੋ ਵੀ ਇਹਨਾਂ ਦੀ ਜਿੱਦਾਂ ਵੀ ਉਹ ਬੰਦੇ ਚਾਹੇ ਲੋਕਾਂ ਨੇ ਵੋਟ ਪਾ ਕੇ ਜਿਤਾਏ ਨੇ, ਪਰ ਉਹਦੀ ਥੌਟ ਹੈ ਉਹਨੂੰ ਉਭਾਰਨ 'ਚ ਬੀਜੇਪੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਜਿਹੜੀ ਵਰਗਾਂ ਦੀ ਪਾੜੋ ਦੀ ਰਾਜਨੀਤੀ ਕਰਦੇ ਆ, ਮਤਲਬ ਨੁਕਸਾਨ ਦੀ ਰਾਜਨੀਤੀ ਕਰਦੇ, ਉਹ ਸਾਹਮਣੇ ਆਈ ਹੈ ਇਸ ਚੀਜ਼ 'ਚ ਕਿ ਇੱਕ ਬੰਨੇ ਮਤਲਬ NSA ਵੀ ਲੱਗਾ, ਕੋਈ ਸ਼ੱਕ ਨਹੀਂ ਉਹਦੇ 'ਤੇ, ਔਰ ਖਾਲਸਾਈ ਦਾ ਉਹਨਾਂ ਦਾ ਪਿਛੋਕੜ ਵੀ ਆਪਾਂ ਨੂੰ ਪਤਾ ਹੈ, ਪਰ ਉਹਨਾਂ ਨੂੰ ਲੋਕਾਂ ਨੇ ਐਕਸੈਪਟ ਕੀਤਾ, ਕਿਉਂਕਿ ਲੋਕਾਂ ਨੇ ਵੇਖਿਆ ਯਾਰ ਤੁਸੀਂ ਜੋ ਇੱਕ ਬੰਨੇ ਗੱਲ ਕਰਦੇ ਫਿਰ ਅਸੀਂ ਕਿਉਂ ਨਹੀਂ ਇੱਕ ਬੰਨੇ। ਸੋ ਇਹ ਜੋ ਕੁਝ ਵੀ ਅੱਜ ਪੰਜਾਬ ਦੇ ਵਿੱਚ ਇਹ ਮੁਹਾਂਦਰਾ ਬਣਿਆ, ਇਹਦੀ ਜਿਹੜੀ ਪੁਸ਼ਤ ਪਣਾਈ ਹੈ ਇਹ ਬੀਜੇਪੀ ਨੇ ਕੀਤੀ ਹੈ, ਜਦੋਂ ਇਹਨਾਂ ਨੇ ਮੰਦਰਾਂ ਦੇ ਵਿੱਚ ਬਾਰ ਬਾਰ ਰੋਜ਼ ਪ੍ਰੋਗਰਾਮ, ਬੇਸ਼ੁਮਾਰ ਪ੍ਰੋਗਰਾਮ ਕੀਤੇ, ਔਰ ਉਹਦੇ 'ਚ ਕਨ੍ਹੱਈਆ ਮਿੱਤਲ ਨੇ ਸਟੇਜਾਂ ਤੋਂ ਕਿਹਾ ਕਿ ਵੋਟਾਂ ਪਾਓ ਰਾਮ ਜੀ ਨੂੰ, ਜੋ ਰਾਮ ਕੋਲ ਆਏ ਹੈ ਹਮ ਉਨਕੋ ਲਾਏਂਗੇ। ਲੋਕ ਕਹਿੰਦੇ ਸੀ ਹਮ ਉਨਕੋ ਲਾਏਂਗੇ ਜਿਸਕੋ ਰਾਮ ਜੀ ਚਾਹੇਂਗੇ, ਔਰ ਫਿਰ ਉਹ ਹੈ ਨਾ ਅੱਜ ਅਯੋਧਿਆ ਹਰ ਗਏ, ਧਰਮ ਦੀ ਰਾਜਨੀਤੀ ਵਰਗੀਕਰਨ ਦੀ ਰਾਜਨੀਤੀ, ਅੱਜ ਅਯੋਧਿਆ ਵੀ ਹਰ ਗਏ ਸੀਟ। ਮਤਲਬ ਇਹ ਤੋਂ ਵੱਡੀ ਹੋਰ ਲੋਕਤੰਤਰ ਦੀ ਖੂਬਸੂਰਤੀ ਕੀ ਹੈ? ਤਾਂ ਹੀ ਤਾਂ ਕਹਿੰਦੇ ਆ ਨਾ ਕਿ ਦੇਖੋ ਜਿਹੜਾ ਵੋਟ ਤੰਤਰ ਹੈ ਬਹੁਤ ਮਤਲਬ ਜਨ ਜਨਾਰਦਨ ਕੋ ਉਹਦੇ ਵਹਿਮ ਹੈ, ਔਰ ਇਹਦੇ ਵਿੱਚ ਤੁਸੀਂ ਲੋਕ ਜਿੰਨਾ ਮਰਜ਼ੀ ਖਿਲਵਾੜ ਕਰ ਲਓ, ਲੋਕ ਫਿਰ ਲੋਕ ਵੀ ਆਪਣਾ ਫੈਸਲਾ ਦਿੰਦੇ ਆ। ਇੱਕ ਸਵਾਲ ਜਾਤੇ ਜਾਤੇ ਕਿ ਕਿਸ ਤਰੀਕੇ ਸੇ ਦੇਖਤੇ, ਜਿਸ ਤਰ੍ਹਾਂ ਆਪਨੇ ਕਿਹਾ ਕਿ ਲੋਕਤੰਤਰ ਕੀ ਜੀਤ ਹੈ, ਇੱਕ ਮਜ਼ਬੂਤ ਓਪੋਜੀਸ਼ਨ ਮਿਲਾ ਹੈ, ਜਨਤਾ ਕਾ ਮੈਂਡੇਟ ਹੈ, ਸੰਸਦ ਕੀ ਪਟਲ ਪਰ ਗੁਰਜੀਤ ਔਜਲਾ ਕਿਸ ਅੰਦਾਜ਼ ਮੇ ਨਜ਼ਰ ਆਏਂਗੇ? ਔਰ ਇਸ ਵਾਰ ਆਪਕੇ ਜੋ ਸਾਥੀ ਹੈ ਰਮਨੀਤ ਬਿੱਟੂ, ਜਿਨਕੇ ਸਾਥ ਅਬ ਹਮੇਸ਼ਾ ਹਰਕਤੋਂ ਮੇ ਰਹਿਤੇ ਥੇ, ਮਗਰ ਅਬ ਉਹ ਪਾਰਟੀ ਛੋੜ ਚੁੱਕੇ ਹੈ, ਉਸਕਾ ਆਪਕੋ ਕਹੀਂ ਨਾ ਕਹੀਂ ਇੱਕ ਲੱਗ ਰਿਹਾ ਹੈ ਕਿ ਆਪਕਾ ਇੱਕ ਫਰੈਂਡ ਹੈ, ਆਪਕੇ ਸਾਥ ਰਹਿਤੇ ਤੋ ਸ਼ਾਇਦ ਵੋ ਵੀ ਜਿੱਤੇ, ਮਗਰ ਖਾਮਿਆਜ਼ਾ ਭੁਗਤ ਰਹੇ ਪਾਰਟੀ ਬਦਲਨੇ ਕਾ? ਬਿਲਕੁਲ, ਪਹਿਲੀ ਬਾਤ ਤੋ ਇਹ ਹੈ ਕਿ ਮੈਂ ਪਾਰਲੀਮੈਂਟ ਮੇ ਜਿਤਨੀ ਵੀ ਆਵਾਜ਼ ਹੈ ਆਪਣੇ ਕੌਨਸਟੀਚੁਐਂਸੀ ਕੀ, ਮਜ਼ਬੂਤੀ ਕੇ ਸਾਥ ਰੱਖੇਂਗੇ, ਜੋ ਮੁੱਦੇ ਹੈ ਉਸਕੋ ਮਜ਼ਬੂਤੀ ਕੇ ਸਾਥ ਲੈ ਕੇ ਜਾਏਂਗੇ, ਔਰ ਉਸਕੋ ਹੱਲ ਵੀ ਕਰਾਏਂਗੇ। ਡਰੱਗਸ ਕਾ ਸਭ ਸੇ ਬੜਾ ਮੁੱਦਾ ਹੈ, ਔਰ ਪੋਲੂਸ਼ਨ ਕਾ ਮੁੱਦਾ ਹੈ, ਔਰ ਏਮਸ ਜੈਸਾ ਹੋਸਪਿਟਲ ਲੈ ਕੇ ਜਾਣਾ ਹੈ, ਵਹਾਂ ਔਰ ਵੀ ਵਿਸਤਾਰ ਕਰਨਾ ਹੈ, ਰੇਲਵੇ ਕਾ ਨਯਾ ਸਟੇਸ਼ਨ ਬਣਨੇ ਵਾਲਾ ਹੈ, ਔਰ ਏਅਰਪੋਰਟ ਕਾ ਵਿਸਤਾਰ ਵੀ ਹੋਣਾ ਹੈ, ਵਾਹਗਾ ਬਾਰਡਰ ਖੋਲਣੇ ਕੀ ਬਾਤ ਕਰੀ ਹੈ ਹਮਨੇ, ਮੈਡੀਕਲ ਟੂਰਿਜ਼ਮ ਕੀ ਬਾਤ ਕੀ ਹੈ, ਪੁਰਾਤਨ ਇੰਡਸਟਰੀ ਕੋ ਰਵਾਇਤੀ ਕਰਨਾ, ਇੰਡਸਟਰੀ ਕੋ ਹਮਨੇ ਠੀਕ ਕਰਨਾ ਹੈ, ਔਰ ਜੋ ਪੋਲੂਸ਼ਨ ਹੈ ਉਸਕੋ ਕਮ ਕਰਨੇ ਕੀ, ਤੁੰਗ ਟਾਪ ਡਰੇਨ ਹੈ, ਇੱਕ ਨਾਲਾ ਔਰ ਵੀ ਹੈ, ਜੋ ਸਟੇਟ ਸਬਜੈਕਟ ਹੈ, ਲੇਕਿਨ ਹਮਨੇ ਸਰਕਾਰ ਕੋ ਮਜਬੂਰ ਕਰੇਂਗੇ, ਸਰਕਾਰ ਇਸਕੇ ਉਪਰ ਕਾਮ ਕਰੇ, ਤਾਂ ਕਿ ਹਮ ਲੋਕ ਉਸਕੇ ਉਪਰ ਕਾਮ ਕਰ ਪਾਏ, ਔਰ ਪੈਸੇ ਸੈਂਟਰ ਸੇ ਲਾ ਕਰ ਉਸਕੋ ਕੰਪਲੀਟ ਕਰ ਪਾਏ। ਜੋ ਬਿੱਟੂ ਜੀ ਕੀ ਬਾਤ ਹੈ ਉਹ ਬਿਲਕੁਲ ਠੀਕ ਹੈ, ਅੱਛੇ ਦੋਸਤ ਹੈ, ਲੇਕਿਨ ਉਹਨਾਂ ਨੇ ਪਾਰਟੀ ਗਲਤ ਚੁਣ ਲਈ, ਨਹੀਂ ਚੁਣੀ ਹੋਤੀ ਤਾਂ ਅੱਜ ਉਹ ਸਾਂਸਦ ਮੇ ਹੋਤੇ, ਸਾਂਸਦ ਨੇ ਹਮਾਰੇ ਸਾਥ, ਤੋ ਆਜ ਉਹ ਉਨਕਾ ਡਿਸੀਜ਼ਨ ਥਾ, ਮਿਸ ਕਰੇਂਗੇ ਪਾਰਲੀਮੈਂਟ ਮੇ ਉਹਨੇ, ਕੁਦਰਤੀ ਬਾਤ ਹੈ, ਜਿਸਕੇ ਸਾਥ ਆਪਨੇ ਲੰਬਾ ਸਮਾਂ ਇੱਕ ਕੰਪਨੀ ਕੀ ਹੋ, ਔਰ ਅੱਛੀ ਦੋਸਤੀ ਰਹੀ ਹੋ, ਅਭੀ ਵੀ ਹੈ, ਲੇਕਿਨ ਉਹ ਨਹੀਂ ਹੋਗੇ ਤੋ ਬਹੁਤ ਖੜਕਤੀ ਰਹੇਗੀ, ਲੇਕਿਨ ਅਬ ਹਮਾਰੇ ਪਾਰਟੀ ਕੇ ਬੜੇ ਬੜੇ ਅੱਛੇ MMP ਔਰ ਵੀ ਜਿੱਤ ਕੇ ਆਏ ਹੈ, ਰਾਜਾ ਵੜਿੰਗ ਜੀ ਆਏ ਹੈ, ਸੁੱਖੀ ਰੰਧਾਵਾ ਜੀ ਆਏ ਹੈ, ਨਏ MP ਹੈ, ਤੀਨ ਤੋਂ ਹਮ ਪੁਰਾਣੇ ਹੈ, ਡਾਕਟਰ ਅਮਰ ਸਿੰਘ ਜੀ, ਮਨੀਸ਼ ਤਿਵਾੜੀ ਜੀ, ਔਰ ਮੈਂ, ਔਰ ਗੁਬਾਇਆ ਜੀ ਵੀ ਪੁਰਾਣੇ ਹੈ, ਤੋ ਇਹ ਸਭ ਜੀਤ ਕੇ ਆਏ ਹੈ, ਇਨਕੇ ਸਾਥ ਮਿਲ ਕੇ ਚੰਨੀ ਜੀ ਹੈ, ਬਹੁਤ ਬੜਾ ਤਜਰਬਾ ਹੈ ਉਨਕਾ, ਔਰ ਅੱਛੇ ਹੀ ਹਮੇ ਅੱਛਾ ਤਜਰਬਾ ਮਿਲੇਗਾ, ਔਰ ਅੱਛਾ ਹਮਾਰਾ ਪੂਰਾ ਰਾਬਤਾ ਵੀ ਹੈ, ਹਮ ਅੱਛੇ ਮਤਲਬ ਇੱਕ ਦੋਸਤ ਕੀ ਤਰ੍ਹਾਂ ਵੀ ਸਭ ਲੋਕ ਹੈ, ਔਰ ਹਮ ਅੱਛਾ ਜੋ
पार्टी के लिए और देश के लिए परफॉर्मेंस है, पार्लियामेंट में करेंगे। धन्यवाद से बातचीत करने के लिए। तो आप सुन रहे थे अमृतसर से सांसद गुरजीत औजला को, जो कि साफ तौर पर कहते हुए नजर आ रहे हैं कि जो इरादे जो वादे कर कर वो जीते हैं, अब समय है उन्हें पूरा करने का। नई दिल्ली से कैमरामैन प्रकाश गुप्ता के साथ रवि मिश्रा, न्यूज 18।